ਕੋਈ ਪੈਸੇ ਪੂਸੇ ਦੇਣੇ ਸੀਗੇ, ਉਹ ਤਕਰਾਰਬਾਜ਼ੀ ਹੋ ਗਈ ਅਤੇ ਉੱਥੇ ਝਗੜਾ ਹੋ ਗਿਆ ਅਤੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਸੰਜੀਵ ਕੁਮਾਰ, ਪਾਰਸ ਸ਼ਰਮਾ, ਅਸ਼ੋਕ ਕੁਮਾਰ, ਇਹਨਾਂ ਦੇ ਬੰਦਿਆਂ ਨੇ ਕਿਸੇ ਨੂੰ ਗੋਲੀ ਮਾਰੀ। FIR ਦਰਜ ਕਰਾਂਗੇ, ਉਸ ਤੋਂ ਬਾਅਦ ਕਾਰਵਾਈ ਕਰਾਂਗੇ ਜੋ ਕਾਨੂੰਨੀ ਬਣਦੀ ਹੈ। 40 ਤਾਂ ਹੁਣ ਖੜੇ ਨੇ, 40 ਤਾਂ ਖੜੇ ਨੇ, ਕਹਿੰਦੇ 40 ਲੈ ਕੇ ਆਏ ਸੀ ਉਹਨਾਂ ਨੇ ਕਿਹਾ ਉਹਨੂੰ ਤੇ ਕਹਿੰਦੇ ਨੇ ਕਿ ਉਹਨੂੰ ਬਹੁਤ ਮਾਰਿਆ। ਚਲ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਹਰਮਿੰਦਰ ਸਿੰਘ ਹੈ ਕੋਈ, ਸਨ ਆਫ ਜਗਦੀਸ਼ ਜੀ, ਦਸ਼ਮੇਸ਼ ਨਗਰ ਦਾ ਰਹਿਣ ਵਾਲਾ ਜੀ। ਉਹ ਇੱਥੇ ਕੋਈ ਸਮਾਨ ਲੈਣ ਆਇਆ ਸੀਗਾ ਅਤੇ ਆਪਸ 'ਚ ਕੋਈ ਪੈਸੇ ਪੂਸੇ ਦੇਣੇ ਸੀਗੇ, ਉਹ ਤਕਰਾਰਬਾਜ਼ੀ ਹੋ ਗਈ ਅਤੇ ਉੱਥੇ ਝਗੜਾ ਹੋ ਗਿਆ ਅਤੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਸੰਜੀਵ ਕੁਮਾਰ, ਪਾਰਸ ਸ਼ਰਮਾ, ਅਸ਼ੋਕ ਕੁਮਾਰ, ਇਹਨਾਂ ਦੇ ਬੰਦਿਆਂ ਨੇ ਕਿਸੇ ਨੇ ਉਹਦੀ ਗੋਲੀ ਮਾਰੀ। ਸਰ ਗੋਲੀ ਲਾਇਸੈਂਸੀ ਰਿਵਾਲਵਰ ਨਾਲ ਚੱਲੀ ਹੈ ਜਾਂ ਦੂਸਰੇ ਨੇ? ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਰਾਈਫਲ ਨਾਲ ਚੱਲੀ, ਰਾਈਫਲ ਨਾਲ ਚੱਲੀ, ਵੱਡੀ ਗਨ। ਸਰ ਕਿੰਨੇ ਬੰਦੇ ਦੱਸੇ ਜਾ ਰਹੇ ਸੀ? ਤਿੰਨ ਦੱਸੇ ਜਾ ਰਹੇ ਹੈ। ਦੋ ਗੋਲੀਆਂ ਚੱਲੀਆਂ, ਕਿੰਨੀਆਂ ਗੋਲੀਆਂ ਚੱਲੀਆਂ ਜੀ? ਦੋ ਗੋਲੀਆਂ ਚੱਲੀਆਂ, ਰਾਈਫਲ ਨਾਲ ਦੱਸਦੇ ਨੇ, ਬਾਕੀ ਦੇਖਦੇ ਹਾਂ ਫਿਰ ਅਗਲੀ ਕਾਰਵਾਈ ਕੀ ਹੋਵੇਗੀ। ਸਰ ਜੀ FIR ਦਰਜ ਕਰਾਂਗੇ, ਉਸ ਤੋਂ ਬਾਅਦ ਕਾਰਵਾਈ ਕਰਾਂਗੇ ਜੋ ਕਾਨੂੰਨੀ ਬਣਦੀ ਹੈ। ਜੀ ਥੈਂਕ ਯੂ ਸਰ। 40 ਲੈ ਕੇ ਆਏ ਸੀ ਉਹਨਾਂ ਨੇ ਕਿਹਾ ਉਹਨੂੰ ਤੇ ਕਹਿੰਦੇ ਨੇ ਕਿ ਉਹਨੂੰ ਬਹੁਤ ਮਾਰਿਆ। ਕੋਈ ਪੈਸੇ ਪੂਸੇ ਦੇਣੇ ਸੀਗੇ, ਉਹ ਤਕਰਾਰਬਾਜ਼ੀ ਹੋ ਗਈ ਅਤੇ ਉੱਥੇ ਝਗੜਾ ਹੋ ਗਿਆ ਅਤੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਸੰਜੀਵ ਕੁਮਾਰ, ਪਾਰਸ ਸ਼ਰਮਾ, ਅਸ਼ੋਕ ਕੁਮਾਰ, ਇਹਨਾਂ ਦੇ ਬੰਦਿਆਂ ਨੇ ਕਿਸੇ ਨੂੰ ਗੋਲੀ ਮਾਰੀ। FIR ਦਰਜ ਕਰਾਂਗੇ, ਉਸ ਤੋਂ ਬਾਅਦ ਕਾਰਵਾਈ ਕਰਾਂਗੇ ਜੋ ਕਾਨੂੰਨੀ ਬਣਦੀ ਹੈ। 40 ਤਾਂ ਹੁਣ ਖੜੇ ਨੇ, 40 ਤਾਂ ਖੜੇ ਨੇ, ਕਹਿੰਦੇ 40 ਲੈ ਕੇ ਆਏ ਸੀ ਉਹਨਾਂ ਨੇ ਕਿਹਾ ਉਹਨੂੰ ਤੇ ਕਹਿੰਦੇ ਨੇ ਕਿ ਉਹਨੂੰ ਬਹੁਤ ਮਾਰਿਆ। ਚਲ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਹਰਮਿੰਦਰ ਸਿੰਘ ਹੈ ਕੋਈ, ਸਨ ਆਫ ਜਗਦੀਸ਼ ਜੀ, ਦਸ਼ਮੇਸ਼ ਨਗਰ ਦਾ ਰਹਿਣ ਵਾਲਾ ਜੀ। ਉਹ ਇੱਥੇ ਕੋਈ ਸਮਾਨ ਲੈਣ ਆਇਆ ਸੀਗਾ ਅਤੇ ਆਪਸ 'ਚ ਕੋਈ ਪੈਸੇ ਪੂਸੇ ਦੇਣੇ ਸੀਗੇ, ਉਹ ਤਕਰਾਰਬਾਜ਼ੀ ਹੋ ਗਈ ਅਤੇ ਉੱਥੇ ਝਗੜਾ ਹੋ ਗਿਆ ਅਤੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਸੰਜੀਵ ਕੁਮਾਰ, ਪਾਰਸ ਸ਼ਰਮਾ, ਅਸ਼ੋਕ ਕੁਮਾਰ, ਇਹਨਾਂ ਦੇ ਬੰਦਿਆਂ ਨੇ ਕਿਸੇ ਨੂੰ ਉਹਦੀ ਗੋਲੀ ਮਾਰੀ। ਸਰ ਗੋਲੀ ਲਾਇਸੈਂਸੀ ਰਿਵਾਲਵਰ ਨਾਲ ਚੱਲੀ ਹੈ ਜਾਂ ਦੂਸਰੇ ਨੇ? ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਰਾਈਫਲ ਨਾਲ ਚੱਲੀ, ਰਾਈਫਲ ਨਾਲ ਚੱਲੀ, ਵੱਡੀ ਗਨ। ਸਰ ਕਿੰਨੇ ਬੰਦੇ ਦੱਸੇ ਜਾ ਰਹੇ ਸੀ? ਤਿੰਨ ਦੱਸੇ ਜਾ ਰਹੇ ਹੈ। ਦੋ ਗੋਲੀਆਂ ਚੱਲੀਆਂ, ਕਿੰਨੀਆਂ ਗੋਲੀਆਂ ਚੱਲੀਆਂ ਜੀ? ਦੋ ਗੋਲੀਆਂ ਚੱਲੀਆਂ, ਰਾਈਫਲ ਨਾਲ ਦੱਸਦੇ ਨੇ, ਬਾਕੀ ਦੇਖਦੇ ਹਾਂ ਫਿਰ ਅਗਲੀ ਕਾਰਵਾਈ ਕੀ ਹੋਵੇਗੀ। ਸਰ ਜੀ FIR ਦਰਜ ਕਰਾਂਗੇ, ਉਸ ਤੋਂ ਬਾਅਦ ਕਾਰਵਾਈ ਕਰਾਂਗੇ ਜੋ ਕਾਨੂੰਨੀ ਬਣਦੀ ਹੈ। ਜੀ ਥੈਂਕ ਯੂ ਸਰ। 40 ਲੈ ਕੇ ਆਏ ਸੀ ਉਹਨਾਂ ਨੇ ਕਿਹਾ ਉਹਨੂੰ ਤੇ ਕਹਿੰਦੇ ਨੇ ਕਿ ਉਹਨੂੰ ਬਹੁਤ ਮਾਰਿਆ। ਕੋਈ ਪੈਸੇ ਪੂਸੇ ਦੇਣੇ ਸੀਗੇ, ਉਹ ਤਕਰਾਰਬਾਜ਼ੀ ਹੋ ਗਈ ਅਤੇ ਉੱਥੇ ਝਗੜਾ ਹੋ ਗਿਆ ਅਤੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਸੰਜੀਵ ਕੁਮਾਰ, ਪਾਰਸ ਸ਼ਰਮਾ, ਅਸ਼ੋਕ ਕੁਮਾਰ, ਇਹਨਾਂ ਦੇ ਬੰਦਿਆਂ ਨੇ ਕਿਸੇ ਨੂੰ ਉਹਦੀ ਗੋਲੀ ਮਾਰੀ। FIR ਦਰਜ ਕਰਾਂਗੇ, ਉਸ ਤੋਂ ਬਾਅਦ ਕਾਰਵਾਈ ਕਰਾਂਗੇ ਜੋ ਕਾਨੂੰਨੀ ਬਣਦੀ ਹੈ। 40 ਤਾਂ ਹੁਣ ਖੜੇ ਨੇ, 40 ਤਾਂ ਖੜੇ ਨੇ, ਕਹਿੰਦੇ 40 ਲੈ ਕੇ ਆਏ ਸੀ ਉਹਨਾਂ ਨੇ ਕਿਹਾ ਉਹਨੂੰ ਤੇ ਕਹਿੰਦੇ ਨੇ ਕਿ ਉਹਨੂੰ ਬਹੁਤ ਮਾਰਿਆ। ਚਲ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਹਰਮਿੰਦਰ ਸਿੰਘ ਹੈ ਕੋਈ, ਸਨ ਆਫ ਜਗਦੀਸ਼ ਜੀ, ਦਸ਼ਮੇਸ਼ ਨਗਰ ਦਾ ਰਹਿਣ ਵਾਲਾ ਜੀ। ਉਹ ਇੱਥੇ ਕੋਈ ਸਮਾਨ ਲੈਣ ਆਇਆ ਸੀਗਾ ਅਤੇ ਆਪਸ 'ਚ ਕੋਈ ਪੈਸੇ ਪੂਸੇ ਦੇਣੇ ਸੀਗੇ, ਉਹ ਤਕਰਾਰਬਾਜ਼ੀ ਹੋ ਗਈ ਅਤੇ ਉੱਥੇ ਝਗੜਾ ਹੋ ਗਿਆ ਅਤੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਸੰਜੀਵ ਕੁਮਾਰ, ਪਾਰਸ ਸ਼ਰਮਾ, ਅਸ਼ੋਕ ਕੁਮਾਰ, ਇਹਨਾਂ ਦੇ ਬੰਦਿਆਂ ਨੇ ਕਿਸੇ ਨੂੰ ਉਹਦੀ ਗੋਲੀ ਮਾਰੀ। ਸਰ ਗੋਲੀ ਲਾਇਸੈਂਸੀ ਰਿਵਾਲਵਰ ਨਾਲ ਚੱਲੀ ਹੈ ਜਾਂ ਦੂਸਰੇ ਨੇ? ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਰਾਈਫਲ ਨਾਲ ਚੱਲੀ, ਰਾਈਫਲ ਨਾਲ ਚੱਲੀ, ਵੱਡੀ ਗਨ। ਸਰ ਕਿੰਨੇ ਬੰਦੇ ਦੱਸੇ ਜਾ ਰਹੇ ਸੀ? ਤਿੰਨ ਦੱਸੇ ਜਾ ਰਹੇ ਹੈ। ਦੋ ਗੋਲੀਆਂ, ਕਿੰਨੀਆਂ ਗੋਲੀਆਂ ਚੱਲੀਆਂ ਜੀ? ਦੋ ਗੋਲੀਆਂ ਚੱਲੀਆਂ, ਰਾਈਫਲ ਨਾਲ ਦੱਸਦੇ ਨੇ, ਬਾਕੀ ਦੇਖਦੇ ਹਾਂ ਫਿਰ
ਅਗਲੀ ਕਾਰਵਾਈ ਕੀ ਹੋਵੇਗੀ ਸਰ ਜੀ? FIR ਦਰਜ ਕਰਾਂਗੇ, ਉਸ ਤੋਂ ਬਾਅਦ ਕਾਰਵਾਈ ਕਰਾਂਗੇ ਜੋ ਕਾਨੂੰਨੀ ਬਣਦੀ ਹੈ ਜੀ। ਥੈਂਕ ਯੂ।